ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗਰੁੱਪ ਤੋਂ। ਇਹ ਮੈਂ ਇੱਕ ਛੋਟਾ ਜਿਹਾ ਆਡੀਓ ਮੈਸੇਜ ਬਣਾ ਕੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਮੈਂ ਕੋਈ ਆਪਣੀ ਗੱਲ ਕਰਨੀ ਚਾਹੁੰਦਾ। ਪਹਿਲੀ ਗੱਲ ਤਾਂ ਮੈਂ ਕੋਈ ਆਪਦੇ ਆਪ ਨੂੰ ਬਾਹਲਾ ਕੋਈ ਵਿਦਵਾਨ ਜਾਂ ਕੋਈ ਐਜੂਕੇਟਡ ਜਾਂ ਕੋਈ ਸੁਲਝਿਆ ਬੰਦਾ ਨਹੀਂ ਮੰਨਦਾ, ਠੀਕ ਹੈ। ਅਸੀਂ ਤਾਂ ਸੁਸਾਇਟੀ ਦਾ ਉਹ ਹਿੱਸਾ, ਉਹ ਅਸੀਂ ਸੁਸਾਇਟੀ ਦਾ ਉਹ ਹਨੇਰੇ ਵਾਲਾ ਗੂੰਜਾ ਜਿਹਦੇ ਚ ਕੋਈ ਆਉਣਾ ਨੀ ਚਾਹੁੰਦਾ, ਕੋਈ ਦੇਖਣਾ ਨੀ ਚਾਹੁੰਦਾ, ਤੇ ਅਸੀਂ ਨਾ ਉਹਦੇ ਚੋਂ ਬਾਹਰ ਨਿਕਲ ਹੀ ਸਕਦੇ ਹਾਂ ਤੇ ਨਾ ਨਿਕਲਣਾ ਚਾਹੁੰਦੇ ਹੀ ਆ। ਸਾਨੂੰ, ਅਸੀਂ ਮਾੜੇ ਹਾਂ, ਸਾਨੂੰ ਮਾੜਾ ਹੀ ਰਹਿਣ ਦੋ, ਕੋਈ ਦਿੱਕਤ ਨੀ। ਮੈਂ ਕੋਈ ਆਪਦੇ ਆਪ ਨੂੰ ਚੰਗਾ ਬਣਾਉਣ ਨੂੰ ਜਾਂ ਆਪਦੇ ਆਪ ਨੂੰ ਬਹੁਤ ਸੁਲਝਿਆ ਹੋਇਆ ਸਾਬਤ ਕਰਨ ਨੂੰ ਇਹ ਆਡੀਓ ਨੀ ਪਾਉਣ ਲੱਗਿਆ। ਮੈਂ ਇਹ ਆਡੀਓ ਸਿਰਫ ਇਸ ਕਰਕੇ ਪਾ ਰਿਹਾ ਕਿਉਂਕਿ ਮੈਨੂੰ ਉਹ ਲੋਕਾਂ ਤੇ ਅੱਜ ਤਰਸ ਆ ਰਿਹਾ ਜਿਨ੍ਹਾਂ ਨੇ ਨਾ ਧੁੱਪ ਵੇਖੀ, ਨਾ ਠੰਡ ਵੇਖੀ, ਨਾ ਮੀਂਹ ਵੇਖਿਆ। ਉਹਨਾਂ ਨੇ ਮੂਸੇ ਵਾਲਾ ਪਰਿਵਾਰ ਦੀ ਦਿਨ ਰਾਤ ਸਪੋਰਟ ਕੀਤੀ ਹੈ, ਠੀਕ ਹੈ। ਸਾਡੇ ਉਲਟ ਬੋਲੇ, ਚਲੋ ਕੋਈ ਨੀ ਬੋਲੇ ਆ, ਬਹੁਤ ਦੁਨੀਆਂ ਬੋਲਦੀ ਹੈ, ਸਾਡੇ ਕੰਮ ਵੀ ਇੱਦਾਂ ਦੇ ਨੇ, ਸਾਡੇ ਉਲਟ ਬੋਲਣਾ ਲੋਕਾਂ ਨੇ। ਅਸੀਂ ਮਾੜੇ ਹਾਂ, ਮਾੜੇ ਕੰਮ ਕਰਾਂਗੇ ਤਾਂ ਲੋਕਾਂ ਨੇ ਆਲੋਚਨਾ ਕਰਨੀ ਹੈ, ਠੀਕ ਹੈ। ਪਰ ਬਈ, ਹੋਰ ਕੋਈ ਚਾਰਾ ਨੀ ਚੱਲਿਆ, ਮਰਦਾ ਕੀ ਨੀ ਕਰਦਾ ਬੰਦਾ, ਠੀਕ ਹੈ। ਜਦੋਂ ਆਪਦਾ ਘਰ ਲੋਕਾਂ ਨੇ, ਫੁਕਰਿਆਂ ਨੇ, ਨਸ਼ੇੜੀਆਂ ਨੇ ਬਿਨਾਂ ਗੱਲੋਂ ਫੂਕਤਾ ਨਾ ਅੱਗ ਲਾ ਕੇ, ਉਦੋਂ ਮਾੜੇ ਬਣੇ ਆ, ਉਦੋਂ ਪਹਿਲਾਂ ਚੰਗੇ ਹੀ ਸੀ। ਆਮ ਲੋਕਾਂ ਚ ਆਮ ਬਣ ਕੇ ਵਿਚਰਦੇ ਸੀ, 40-40 ਘੰਟੇ ਟਰੱਕ ਚਲਾਇਆ ਲਗਾਤਾਰ, ਕਿਸੇ ਬੰਦੇ ਦਾ ਕਦੇ ਰੁਪਈਏ ਦਾ ਹੱਕ ਨੀ ਮਾਰਿਆ। ਕੋਈ ਕਹਿ ਦੇਵੇ ਬੰਦਾ, ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ, ਉਦੋਂ ਪਹਿਲਾਂ ਕੋਈ ਕਹਿ ਦੇ ਗੋਲਡੀ ਬਰਾੜ ਨੇ ਕਿਸੇ ਦੀ ਪੰਜੀ ਵੀ ਦੇਣੀ ਆ ਜਾਂ ਕਦੇ ਕਿਸੇ ਦਾ ਹੱਕ ਮਾਰਿਆ, ਉਦੋਂ ਬਾਅਦ ਚ ਤਾਂ ਰਾਹਾਂ ਤੇ ਇਹਨਾਂ ਤੇ ਪੈ ਗਏ, ਕੋਈ ਚੰਗੇ ਮਾੜੇ ਦਾ ਤੁੱਕ ਹੀ ਨੀ ਰਹਿ ਗਿਆ, ਠੀਕ ਹੈ। ਜੋ ਮੂਹਰੇ ਆਉਂਦਾ ਬਸ ਆਈ ਜਾਂਦਾ। ਮੈਂ ਇਹ ਆਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ, ਲੋਕ ਅੱਜ ਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਥਕ ਸੋਚ ਦਾ ਮਾਲਕ ਸੀ, ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ, ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰਨ ਲੱਗ ਗਿਆ ਤੇ ਮਿਸਗਾਈਡ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ, ਤੇ ਕਾਂਗਰਸ ਦੀ, ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ। ਇੱਥੇ ਉਹ ਕੁਛ ਵੀ ਗਲਤ ਨਹੀਂ ਕਰ ਰਿਹਾ, ਆਪਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ। ਜੋ ਉਹਦੇ ਮੁੰਡੇ ਦੀ ਸੋਚ ਸੀ ਸਿੱਧੂ ਦੀ, ਉਹੀ ਇਹਦੇ ਪਿਓ ਦੀ ਸੋਚ ਹੈ। ਜਿਹੜੇ ਬੰਦੇ ਨੇ ਆਪਦੇ ਮੂੰਹ ਹੀ ਕਹਿਤਾ ਵੀ ਜਿੱਦਣ ਦੀ ਵੋਟ ਬਣੀ ਆ ਉੱਤੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨੀ ਕਾਂਗਰਸ ਤੋਂ ਇਲਾਵਾ, ਉਹ ਚਿਰ ਚ 84 ਵੀ ਆ ਗਈ, ਬਾਕੀ ਵੀ ਸਾਰੇ ਦੌਰ ਲੰਘ ਗਏ, ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗਰਸ ਤੋਂ ਇਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ। ਅਜੇ ਵੀ ਤੁਸੀਂ ਜੇ ਉਹਨਾਂ ਨੂੰ ਧੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਆ, ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ, ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤੇ ਹੰਢਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ, ਇਹੋ ਜਿਹੇ ਬੰਦਿਆਂ ਨੂੰ ਉਹਨਾਂ ਦੇ ਬਰਾਬਰ ਨਾ ਪਾਓ, ਠੀਕ ਹੈ। ਫਰਕ ਹੁੰਦਾ ਲੱਖ ਤੇ ਕੱਖ ਚ। ਹੁਣ ਮੈਂ ਤੁਹਾਨੂੰ ਮੂਸੇ ਵਾਲਿਆਂ ਦੀਆਂ ਕੁਛ ਕੁ ਗੱਲਾਂ ਯਾਦ ਕਰਾਉਣੀਆਂ ਚਾਹੁੰਦਾ, ਜਿਹੜੇ ਲੋਕ ਕਹਿੰਦੇ ਨੇ ਉਹ ਪੰਥਕ ਸੋਚ ਦਾ ਮਾਲਕ ਸੀ, ਤੇ ਜਿਹੜੇ ਲੋਕਾਂ ਨੇ ਇੰਨੀਆਂ ਚੀਕਾਂ ਮਾਰੀਆਂ ਵੀ ਮੂਸੇ ਵਾਲਾ ਮਰ ਗਿਆ, ਹੁਣ ਪੰਜਾਬ ਨੂੰ ਤੇ ਕੌਮ ਨੂੰ ਕੋਈ ਸੇਧ ਦੇਣ ਵਾਲਾ ਰਹਿ ਹੀ ਨਹੀਂ ਗਿਆ, ਤੁਹਾਨੂੰ ਮੈਂ ਕੁਛ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਉਹਦੇ ਕਰੈਕਟਰ ਨੂੰ ਦੁਬਾਰੇ ਤੁਹਾਡੇ ਮੂਹਰੇ ਲਿਆਉਣਗੀਆਂ। ਆਪਣੀ ਅੱਜ ਕੱਲ ਨਾ ਰੁਝੇਵੇਂ ਇੰਨੇ ਨੇ, ਆਪਾਂ ਉਲਝੇਵੇਂ ਇੰਨੇ ਆ ਸਾਰੇ ਆਪਦੀਆਂ ਆਪਣੀਆਂ ਜ਼ਿੰਦਗੀਆਂ 'ਚ, ਆਪਾਂ ਗੱਲਾਂ ਭੁੱਲ ਜਾਂਦੇ ਹਾਂ, ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ, ਆਹੀ ਕੁਛ ਚੱਲੀ ਜਾਂਦਾ, ਤਾਂ ਸਾਨੂੰ ਇਹ ਵੀ ਨਹੀਂ ਭੁੱਲ ਰਹੀਆਂ ਇਹ ਚੀਜ਼ਾਂ। ਮੈਂ ਤੁਹਾਨੂੰ ਉਹਦੀਆਂ ਕੁਛ ਕੁ ਉਹਦੀਆਂ ਚੀਜ਼ਾਂ ਯਾਦ ਕਰਾਉਣਾ, ਉਹਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਬਾਰੇ ਤੁਹਾਨੂੰ ਰਿਮਾਇੰਡ ਕਰਾਉਣਾ। ਉਹੀ ਸਿੱਧੂ ਮੂਸੇਵਾਲ ਨੂੰ ਤੁਸੀਂ ਪੰਥਕ ਦੱਸ ਰਹੇ ਹੋ ਜਿਹਨੇ ਕਾਂਗਰਸ ਜੁਆਇਨ ਕੀਤੀ, ਕਾਂਗਰਸ ਨੇ ਇਲੈਕਸ਼ਨ ਲੜਿਆ, ਰਾਹੁਲ ਗਾਂਧੀ
ਤੇ ਗੋਡੀ ਹੱਥ ਲਾ ਕੇ ਇਲੈਕਸ਼ਨ ਸ਼ੁਰੂ ਕੀਤੇ ਆ। ਉਹਦਾ ਜਿੱਦੇ ਦਫ਼ਤਰ ਦਾ ਉਦਘਾਟਨ ਸੀ। ਬੇਅੰਤ ਸਿੰਘ ਬੁੱਚੜ ਦਾ ਪੋਤਾ ਰਮਨੀਤ ਸਿੰਘ ਬਿੱਟੂ ਲੁਧਿਆਣਿਓਂ ਚੱਲ ਕੇ ਮਾਨਸੇ ਆਇਆ ਤੇ ਉਹਦੇ ਦਫ਼ਤਰ ਦਾ ਰੀਬਨ ਕੱਟ ਕੇ ਗਿਆ ਸੀ। ਤੁਹਾਨੂੰ ਫੋਟੋਆਂ ਅੱਜ ਵੀ ਸਿੱਧੂ ਦੇ ਪੇਜਾਂ ਤੇ ਮਿਲ ਜਾਣਗੀਆਂ। ਇਹ ਉਹੀ ਸਿੱਧੂ ਆ ਜਿਹਨੇ ਜਿਹੜਾ ਉਮਰਾ ਨੰਗਲ ਨੂੰ ਜਾ ਕੇ ਉੱਥੇ ਉਮਰਾ ਨੰਗਲ ਪਿੰਡ ਜਾਣਾ ਸੀ ਵੀ ਉਮਰਾ ਨੰਗਲ ਸਾਹਿਬ ਅਖਾੜੇ ਤੁਸੀਂ ਬਹੁਤ ਲਵਾਏ ਹੋਣੇ ਆ, ਪਰ ਜਿਹੜਾ ਅਖਾੜਾ ਅੱਜ ਮੈਂ ਤੁਹਾਡੇ ਕਰਕੇ ਲਾਊਂਗਾ ਇਹ ਦੁਨੀਆ ਯਾਦ ਰੱਖੂਗੀ। ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾ ਨੰਗਲ ਨਾਲ ਜੱਫੀਆਂ ਪਾ ਪਾ ਸਟੇਜਾਂ ਤੇ ਨੱਚਦਾ ਸੀ। ਉਹ ਵੀਡੀਓ ਹਜੇ ਤੱਕ ਯੂਟਿਊਬ ਤੇ ਹੈਗੀਆਂ। ਇਹ ਉਮਰਾ ਨੰਗਲ ਪਰਿਵਾਰ ਉਹੀ ਆ ਜਿਹਨੇ 3 ਪੀੜ੍ਹੀਆਂ ਤੋਂ ਸਿੱਖਾਂ ਦਾ ਖੂਨ ਪੀਤਾ। ਇਹਦਾ ਦਾਦਾ ਜੀਵਨ ਸਿੰਘ ਉਮਰਾ ਨੰਗਲ ਜੋ ਭਿੰਡਰਾਂ ਵਾਲੇ ਸੰਤਾਂ ਦੇ ਵੇਲੇ ਮਾਲ ਮੰਤਰੀ ਸੀਗਾ, ਇਹਨੇ ਭਿੰਡਰਾਂ ਵਾਲੇ ਸੰਤਾਂ ਦੀ ਜਿੰਨੀ ਖਿਲਾਫਤ ਕਰ ਸਕਦਾ ਸੀ ਉਨੀ ਖਿਲਾਫਤ ਕੀਤੀ ਹੈ। ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ, ਪੰਥ ਦੇ ਉਲਟ ਚੱਲਿਆ। ਇਹਦਾ ਮੁੰਡਾ ਖਾੜਕੂਵਾਦ ਵੇਲੇ SSP ਸੀਗਾ, ਇਹਨੇ ਹਜ਼ਾਰਾਂ ਲੱਖਾਂ ਐਨਕਾਊਂਟਰ ਕੀਤੇ ਆ, ਪਤਾ ਨੀ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਹਿਸਾਬ ਹੀ ਨਹੀਂ। ਇਹਨਾਂ ਦੀ ਤੀਜੀ ਜਨਰੇਸ਼ਨ ਪਰਮਰਾਜ ਸਿੰਘ ਮਰਨੰਗਲ ਜਿਹੜਾ ਅੱਜ ਕੱਲ ਜਿਹੜਾ ਹੁਣ ਪਿੱਛੇ ਜੇ ਇਹ ਸਸਪੈਂਡ ਹੋਇਆ ਬਹਿਬਲ ਗੋਲੀ ਕਾਂਡ ਦੇ ਦੋਸ਼ੀ ਸੀ, ਜਿਹਦੇ ਨਾਲ ਸਿੱਧੂ ਦੀ ਵੀਡੀਓ ਆ ਸਟੇਜਾਂ ਤੇ ਨੱਚਦਿਆਂ ਦੀ, ਤੁਸੀਂ ਇਹਨਾਂ ਨੂੰ ਸ਼ਹੀਦ ਕਹਿੰਦੇ ਹੋ। ਠੀਕ ਹੈ, ਫੇਰ ਤੁਹਾਨੂੰ ਗੱਲ ਯਾਦ ਕਰਾ ਦਾਂ, ਇਹਨੂੰ ਤੁਸੀਂ ਸ਼ਹੀਦ ਕਿਵੇਂ ਕਹਿ ਸਕਦੇ ਹੋ? ਇਹ 29 ਮਈ 2022 ਨੂੰ ਮਰਿਆ। ਠੀਕ ਹੈ, ਇਹਨੇ ਸ਼ੋਅ ਅਨਾਊਂਸ ਕੀਤਾ ਹੋਇਆ ਸੀ 5 ਜੂਨ ਦਾ, ਆਪਦੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ ਚ। ਠੀਕ ਹੈ, 5 ਜੂਨ ਨੂੰ ਕੀ ਹੁੰਦਾ ਯਾਦ ਹੈ? ਘੱਲੂਘਰ ਓਪਰੇਸ਼ਨ ਬਲੂ ਸਟਾਰ ਦੀ ਬਰਸੀ ਹੁੰਦੀ ਹੈ ਉਦੋਂ। ਪਿੰਡਰਾਂ ਵਾਲੇ ਸੰਤ ਪੂਰੇ ਹੋਏ, 6-7 ਹਜ਼ਾਰ ਨਿਹੱਥੇ ਨਿਰਦੋਸ਼ ਮੁੰਡੇ ਕੁੜੀਆਂ ਬੱਚਿਆਂ ਨੂੰ ਨਿਹੱਥਿਆਂ ਨੂੰ ਮਾਰਿਆ ਗਿਆ। ਉਸ ਦਿਨ ਆਪਣੇ ਕਿਸੇ ਕਿਸੇ ਜਵਾਕ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤੇ ਕਹਿੰਦੇ ਆ ਬਈ ਅਗਲੇ ਹਫ਼ਤੇ ਮਨਾਵਾਂਗੇ, ਯਾਰ ਆਹ ਹਫ਼ਤੇ ਨਾ ਖਾਂਦੇ ਪੀਂਦੇ ਜਾਂ ਵਧੀਆ ਨਹੀਂ ਲੱਗਦੇ ਜਾਂ ਕੋਈ ਨਾਚ ਗਾਣਾ ਕਰਦੇ, ਬਹੁਤ ਭਾਰੀ ਦਿਨ ਨੇ ਕੌਮ ਤੇ। ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਊਂਸ ਕੀਤਾ ਹੋਇਆ ਸੀ। ਇਹਦਾ ਸ਼ੋਅ ਨਹੀਂ ਸੀ, ਕੰਸਰਟ ਸੀ, ਬਹੁਤ ਵੱਡਾ, ਬਹੁਤ ਵੱਡੇ ਲੈਵਲ ਦਾ। ਹਜ਼ਾਰਾਂ 'ਚ ਉਹਦੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀਗੀਆਂ ਆਲਰੇਡੀ। 29 ਤਰੀਕ ਨੂੰ ਮਰਿਆ, ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋਅ ਸੀ। ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਹੋਈ ਸੀਗੀ ਲਾਸਟ ਵੀ ਸ਼ੋਅ ਸੋਲਡ ਆਊਟ ਆ। ਇਹਨੂੰ ਕਾਹਲੀ ਨਾਲ ਮਾਰਨ ਦਾ ਵੀ ਸਾਡਾ ਇੱਕ ਇਹ ਵੀ ਕਾਰਨ ਸੀਗਾ ਕਿਉਂਕਿ ਇਹਨੇ ਉਦੋਂ ਬਾਅਦ ਚੋ ਸ਼ੋਅ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ। ਮੈਨੂੰ ਐਂ ਸੀ ਪਤਾ ਨਹੀਂ ਕਦੋਂ ਹੱਥ ਆਉਣਾ ਇਹਨੇ, ਕਦੋਂ ਨਹੀਂ ਆਉਣਾ। ਠੀਕ ਹੈ, ਨਾਲੇ ਇਹਨੂੰ ਅਸੀਂ ਸ਼ੋਅ ਨਹੀਂ ਸੀ ਲਾਉਣਾ ਚਾਹੁੰਦੇ। ਉਹ ਜੇ ਸ਼ੋਅ ਲੱਗ ਜਾਂਦਾ 5 ਜੂਨ ਨੂੰ ਦਿੱਲੀ ਜਾ ਕੇ ਪੱਗ ਬੰਨਣ ਵਾਲਾ ਮੁੰਡਾ, 5 ਜੂਨ ਨੂੰ ਜੋ ਕਾਂਗਰਸ ਦਾ ਬੰਦਾ ਹੋਵੇ, ਕਾਂਗਰਸ ਨੇ ਇਲੈਕਸ਼ਨ ਲੜਿਆ ਹੋਵੇ ਕੁਛ ਟਾਈਮ ਪਹਿਲਾਂ, ਉਹ 5 ਜੂਨ ਨੂੰ ਦਿੱਲੀ ਜਾ ਕੇ ਸ਼ੋਅ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ। ਠੀਕ ਹੈ, ਇਦੂ ਵੱਡੀ ਕੌਮ ਵਾਸਤੇ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ। ਇਹ ਇਹ ਸਟ੍ਰੈਟਜੀਜ਼ ਹੁੰਦੀਆਂ ਨੇ ਤਾਂ ਕਿ ਕੌਮਾਂ ਦੇ ਮਨਾਂ 'ਚੋਂ ਇਹ ਚੀਜ਼ਾਂ ਫਿੱਕੀਆਂ ਪਾਈਆਂ ਜਾਣ। ਜਿਹੜੀਆਂ ਜਿਹੜੇ ਦਿਨਾਂ 'ਚ ਦੀਵਾਨ ਲੱਗਣੇ ਚਾਹੀਦੇ, ਕੀਰਤਨ ਲੱਗਣੇ ਚਾਹੀਦੇ ਆ, ਜਾਗਰੂਕਤਾ ਆਉਣੀ ਚਾਹੀਦੀ ਆ, ਦੁਬਾਰੇ ਯਾਦ ਕਰਾਉਣਾ ਚਾਹੀਦਾ ਵੀ ਸਾਡੇ ਨਾਲ ਇਹਨਾਂ ਦਿਨਾਂ 'ਚ ਕੀ ਹੋਇਆ ਸੀ, ਭਿੰਡਰਾਂ ਵਾਲੇ ਸੰਤਾਂ ਨਾਲ ਕੀ ਹੋਇਆ ਸੀ, ਅਕਾਲ ਤਖ਼ਤ ਨਾਲ ਕੀ ਹੋਇਆ ਸੀ। ਉਹਨਾਂ ਦਿਨਾਂ ਵਿੱਚ ਇਹਨੇ ਸ਼ੋਅ ਲਾਉਣਾ ਸੀ 5 ਜੂਨ ਨੂੰ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਨੇ ਸ਼ਰਾਬ ਪੀ ਕੇ ਨੱਚਣਾ ਸੀ ਤੇ ਇਹਨਾਂ ਚੀਜ਼ਾਂ ਨਾਲ ਹੀ ਦਿਮਾਗ 'ਚੋਂ ਗੱਲਾਂ ਕੱਢੀਆਂ ਜਾਂਦੀਆਂ ਨੇ ਟਾਈਮ ਟੂ ਟਾਈਮ ਪਾ ਕੇ। ਤੁਹਾਨੂੰ ਲੱਗਦਾ ਵੀ ਇਹ ਕੋਇਨਸੀਡੈਂਸ ਸੀ? ਤੁਹਾਨੂੰ ਲੱਗਦਾ ਕਾਂਗਰਸ ਦੀ ਇਹ 'ਚ ਕੋਈ ਹੈ ਨਹੀਂ ਸੀ ਸਟ੍ਰੈਟਜੀ ਵੀ 5 ਜੂਨ ਨੇ ਸ਼ੋਅ ਕਿਉਂ ਲਵਾਉਣਾ? ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਦਾ। ਇਹ ਨਹੀਂ ਕੋਈ ਵੀ ਇਹਨੇ ਅਣਜਾਣੇ 'ਚ ਸ਼ੋਅ ਅਨਾਊਂਸ ਕਰਤਾ ਤੇ ਇਹਨੂੰ ਪਤਾ ਨਹੀਂ ਸੀ। ਜਦੋਂ ਇਹਨੇ ਡੇਟ ਅਨਾਊਂਸ ਕੀਤੀ ਉਦੋਂ ਬਾਅਦ 'ਚ ਬਹੁਤ ਇਹਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਇਆ ਉਹਨਾਂ ਦਿਨਾਂ 'ਚ ਕਿ ਭਾਈ ਇਹਨਾਂ ਦਿਨਾਂ 'ਚ ਸ਼ੋਅ ਨਾ ਲਾ, ਤੂੰ ਇਹ ਤੂੰ ਗਲਤ ਕਰ ਰਿਹਾ। ਇਹਨੇ ਬਾਅਦ 'ਚ ਲਾਈਵ ਹੋ ਕੇ ਜਵਾਬ ਦਿੱਤਾ ਸੀ ਵੀ ਸਾਡਾ ਤਾਂ ਇਹ ਕਿੱਤਾ ਹੈ, ਅਸੀਂ ਕੀ ਕਰੀਏ, ਅਸੀਂ ਰੋਟੀ ਨਹੀਂ ਖਾਣੀ, ਭੁੱਖੇ ਮਰ ਜਾਈਏ। ਮਹਾਰਾਜ ਤੋਂ ਡਰਨਾ ਚਾਹੀਦਾ ਸੀ ਉਹਨੂੰ, ਇਹਦੀ ਮੌਤ ਵੀ ਸ਼ਾਇਦ ਤਾਂ ਹੀ ਆਈ ਹੈ।
ਮਹਾਰਾਜ ਨੇ ਇਹਨੂੰ ਇੰਨਾ ਕੁਛ ਦਿੱਤਾ, ਇੰਨੀ ਇਹਨੂੰ ਸ਼ੋਹਰਤ ਦਿੱਤੀ, ਇੰਨਾ ਇਹਨੂੰ ਪੈਸਾ ਦਿੱਤਾ, ਪਰ ਇਹ ਬੰਦੇ ਚ ਹਜੇ ਵੀ ਇੰਨਾ ਸਬਰ ਨਹੀਂ ਆਇਆ ਸੀ ਵੀ ਇਹ ਇੱਕ ਦਿਨ ਸ਼ੋਕ ਛੱਡ ਦੇਵੇ ਆਪਦੀ ਕੌਮ ਦੇ ਕਹਿਣ ਤੇ। ਇਹ ਡਟਿਆ ਰਿਹਾ ਉਹ ਚੀਜ਼ ਤੇ, ਤੇ ਜੇ ਇਹ ਨੱਤੀ ਨੂੰ ਨਾ ਮਰਦਾ ਤੇ ਇਹਨੇ 5 ਤਰੀਕ ਨੂੰ ਸਾਰੀ ਕੌਮ ਦੀ ਬੇਇੱਜ਼ਤੀ ਕਰਾਉਣੀ ਸੀ ਉੱਥੇ। ਠੀਕ ਹੈ, ਤੁਸੀਂ ਇਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਆ। ਠੀਕ ਹੈ, ਫਿਰ ਤੁਸੀਂ ਕਹਿੰਦੇ ਹੋ ਇਹਨੇ ਪੰਥਕ ਗਾਣੇ ਗਾਏ। ਠੀਕ ਹੈ, ਪੰਥਕ ਸੋਚ ਵਾਲਾ ਸੀ ਇਹ, ਇਹਨੇ ਸ਼ਹੀਦਾਂ ਦੇ ਨਾਮ ਲਏ ਗਾਣਿਆਂ ਚ। ਠੀਕ ਹੈ, ਕਦੋਂ ਲਏ ਬਈ? SYL ਚ ਲਿਆ। SYL ਕਦੋਂ ਆਇਆ ਗਾਣਾ? ਜਦੋਂ ਸਿੱਧੂ ਮਰ ਗਿਆ, ਉਦੋਂ ਬਾਅਦ ਚ। ਮੈਂ ਇਹ ਵੀ ਕਹਿ ਦਿੰਦਾ SYL ਨੇ ਗਾਇਆ ਵੀ ਨਹੀਂ ਹੋਣਾ, ਗਾਣੇ ਵੀ ਉਹ ਸਾਰੇ। ਅੱਜ ਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ, ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ, ਸਿੰਗਿੰਗ ਲਾਈਨ, ਉਹਨਾਂ ਨੂੰ ਪਤਾ ਵੀ ਅੱਜ ਕੱਲ ਕੋਈ ਵੀ ਆਵਾਜ਼ ਦਾ ਗਾਣਾ ਕੁਛ ਘੰਟੇ ਦੇ ਵਿੱਚ ਤਿਆਰ ਹੋ ਜਾਂਦਾ, ਚਾਹੇ ਉਹ ਬੰਦਾ ਆਪ ਗਾਵੇ ਚਾਹੇ ਨਾ ਗਾਵੇ। ਅੱਜ ਕੱਲ ਸੋਫਟਵੇਅਰ ਏਦਾਂ ਦੇ ਨੇ ਵੀ ਕਿਸੇ ਦੀ ਵੀ ਆਵਾਜ਼ ਤੁਸੀਂ ਕੋਈ ਵੀ ਚੀਜ਼ ਗਵਾ ਸਕਦੇ ਹੋ। ਠੀਕ ਹੈ, SYL ਦੇ ਮਰਨ ਤੋਂ ਬਾਅਦ ਚ ਆਇਆ, ਨਾਲੇ SYL ਗਾਣੇ ਦਾ ਕੀ ਮਤਲਬ ਬਈ? ਜਿਨ੍ਹਾਂ ਨੇ, ਜਿਹੜੇ ਪਰਿਵਾਰ ਨੇ, ਗਾਂਧੀ ਪਰਿਵਾਰ ਨੇ, ਜਿਨ੍ਹਾਂ ਨੇ ਉਹ ਨਹਿਰ ਕੱਢੀ ਸੀ, ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਇਹ ਰੱਪੜ, ਉਹਨਾਂ ਦੇ ਪਰਿਵਾਰਾਂ ਦਾ ਜਾ ਕੇ ਇਹ ਗੋਡੀ ਹੱਥ ਲਈ ਜਾਂਦਾ ਸੀ। ਪਿੰਡਰਾਣੇ ਸੰਤਾਂ ਦੀ ਆਪਾਂ ਕਹਿੰਦੇ ਹਾਂ ਇਹਦੇ ਹੱਥ 'ਤੇ ਟੈਟੂ ਬਣਿਆ ਸੀ, ਕਿੱਥੇ ਫੋਟੋ ਵੇਖ ਲਈ ਤੁਸੀਂ ਪਿੰਡਰਾਣੇ ਸੰਤਾਂ ਦੀ ਟੈਟੂ ਬਣੇ ਦੇ ਇਹਦੇ ਹੱਥ 'ਚ? ਸਭ ਅਫਵਾਹਾਂ ਨੇ ਇਹ, ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ, ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਇਹ ਚੀਜ਼ਾਂ ਘੜੀਆਂ ਨੇ, ਇਹ ਨੈਰੇਟਿਵ ਬਣਾ ਤਾ ਵੀ ਉਹ ਤਾਂ ਬੜਾ ਬਈ ਪੰਥਕ ਸੋਚ ਦਾ ਮਾਲਕ ਸੀ ਜਾਂ ਕੁਛ। ਇਹ ਆਉਣ ਵਾਲਾ ਬਿਆਨਤਾ ਬੁੱਚੜ ਬੰਨਣਾ ਸੀ, ਜਿੱਡਾ ਇਹ ਹੰਕਾਰਿਆ, ਜਿੱਡਾ ਇਹ ਰੱਬ ਨੂੰ ਭੁੱਲ ਚੁੱਕਿਆ ਸੀ। ਠੀਕ ਹੈ, ਇਹਦੇ ਜਿਉਂਦਿਆਂ ਤੋਂ ਜਦੋਂ ਇਹ ਦਿੱਲੀ ਧਰਨੇ ਤੇ ਗਿਆ, ਉੱਥੇ ਲੋਕਾਂ ਨੇ ਇਹਨੂੰ ਗਾਲਾਂ ਕੱਢ ਕੱਢ ਭਜਾਇਆ, ਇਹ ਤੋਂ ਖੜਿਆ ਨੀ ਗਿਆ ਉੱਥੇ। ਵੀਡੀਓ ਨੇ ਅੱਜ ਕੱਲ, ਭੱਜ ਜਾ ਗਦਾਰਾ, ਕਾਂਗਰਸ ਦੇ ਟੱਟੂ ਆ ਗਏ ਇੱਥੇ, ਭੱਜ ਜਾ, ਤੂੰ ਇੱਥੇ ਕੀ ਲੈਣ ਆਇਆ। ਜਦੋਂ ਮਾਨਸੇ ਕਿਸਾਨ ਧਰਨਾ ਲੱਗਿਆ ਸੀ, ਉੱਥੇ ਮਾਨਸੇ ਵਾਲੇ ਕਿਸਾਨ ਆਗੂਆਂ ਨੇ ਇਹਨੂੰ ਉੱਥੇ ਬਹਿ ਨਹੀਂ ਦਿੱਤਾ, ਇਹ ਉੱਥੇ ਜਾ ਕੇ ਬਹਿ ਗਿਆ ਆਪਦੇ ਦੋਸਤਾਂ ਨਾਲ, ਤੇ ਇਹਨੂੰ ਕਹਿੰਦੇ ਤੂੰ ਇੱਥੇ ਕੀ ਆਇਆ, ਖੜਾ ਹੋ, ਕਹਿੰਦਾ ਤੂੰ ਚੱਲ ਘਰੇ, ਤੂੰ ਤਾਂ ਕਾਂਗਰਸ 'ਚ ਹੈ, ਤੂੰ ਇੱਥੇ ਕੀ ਕਰਨਾ ਆ। ਇਹਨੇ ਉੱਥੋਂ ਆ ਕੇ ਬਾਅਦ 'ਚ ਆ ਕੇ ਬੋਲਿਆ ਵੀ ਆ ਵੀ ਮੇਰੀ ਬੇਇੱਜ਼ਤੀ ਕਰਕੇ ਉੱਥੋਂ ਤੁਸੀਂ ਮੈਨੂੰ ਭਜਾ ਤਾ, ਏਦਾਂ ਜੋਦਾਂ। ਠੀਕ ਹੈ, ਰਾਹੁਲ ਗਾਂਧੀ ਦੇ ਨਾਲ ਹੈਲੀਕਾਪਟਰ 'ਚ ਇਹ ਘੁੰਮਦਾ ਸੀ। ਠੀਕ ਹੈ, ਗਾਂਧੀ ਪਰਿਵਾਰ ਦੀ ਸੋਚ ਨੂੰ ਸਟਰੋਂਗ ਕਰਨ ਤੇ ਇਹਦਾ ਬੰਦੇ ਦਾ ਜ਼ੋਰ ਲੱਗਿਆ ਹੋਇਆ ਸੀ। ਉਮਰ ਅਨੰਗ ਨਾਲ ਇਹਦੀ ਯਾਰੀ, ਰਵਨੀਤ ਬਿੱਟੂ ਨਾਲ ਇਹਦੀ ਯਾਰੀ, ਠੀਕ ਹੈ, ਗਾਂਧੀ ਨਾਲ ਇਹਦੀ ਯਾਰੀ। ਗਾਣੇ ਤੁਹਾਨੂੰ ਮੈਂ ਦੱਸ ਦਿਆ ਹੈ SYL, ਦੂਜਿਆਂ ਨੇ ਗਾਣਾ ਕਿਹੜਾ 295 ਇਹ ਕੱਢਿਆ ਸੀ, ਉਹ ਗਾਣਾ ਕਦੋਂ ਕੱਢਿਆ ਤੁਹਾਨੂੰ ਯਾਦ ਹੈ? ਜਦੋਂ ਇਹਨੇ ਸ਼ਹੀਦ ਮਾਈ ਭਾਗੋ ਦੀ ਤੁਲਨਾ ਇੱਕ ਮਾਡਲ ਨਾਲ ਕੀਤੀ ਸੀ, ਤੇ ਉਹ ਮਾਡਲ ਦੇ ਜਿਹੜੇ ਕੱਪੜੇ ਗਾਣਿਆਂ 'ਚ ਪਏ ਸੀ, ਉਸ ਗਾਣੇ 'ਚ ਪਏ ਸੀ, ਤੁਸੀਂ ਉਹ ਵੀ ਦੇਖ ਲਿਓ, ਜਾਂ ਇੱਕ ਰਾਈਫਲ ਨਾਲ ਕੰਪੇਅਰ ਕੀਤੀ ਸੀ। ਸ਼ਹੀਦ ਮਾਈ ਭਾਗੋ, ਜਿਹਨਾਂ ਦਾ ਨਾਮ ਵੀ ਅਦਬ ਨਾਲ ਲੈਣਾ ਚਾਹੀਦਾ, ਜਿਹਨਾਂ ਦੀਆਂ ਮਿਸਾਲਾਂ ਦਿੱਤੀਆਂ ਹੋਈਆਂ ਅੱਜ ਤੱਕ ਆਪਣੀਆਂ ਧੀਆਂ ਭੈਣਾਂ ਨੂੰ ਸਿੱਧੇ ਰਾਹਾਂ ਤੇ ਤੁਰਨ ਤੇ ਸੇਧ ਦਿੰਦੀਆਂ ਨੇ, ਇਹਨੇ ਉਹਦੀ ਕੰਪੇਅਰ ਮਾਈ ਭਾਗੋ ਦੀ ਕਿਹਦੇ ਨਾਲ ਕੀਤੀ ਸੀ, ਉਹ ਤੁਸੀਂ ਆਪ ਦੇਖ ਲਿਓ। ਜਦੋਂ ਲੋਕ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠੇ, ਉਦੋਂ ਬਾਅਦ 'ਚ ਇਹਨੇ ਉਹ ਗਾਣਾ ਕੱਢਿਆ ਸੀ ਵੀ ਹਾਂ ਤੁਸੀਂ ਕੌਣ ਹੁੰਦੇ ਹੋ ਸਾਨੂੰ ਦੱਸਣ ਵਾਲਾ, ਵੀ ਅਸੀਂ ਆਪਦਾ ਧਰਮ ਕਿਵੇਂ ਫੋਲੋ ਕਰਨਾ। ਸ਼ਹੀਦ ਕਹਿਣਾ ਕਹੀ ਜਾਓ, ਪਰ ਯਾਰ ਕੁਛ ਸੋਚੋ, ਜਿਹੜੇ ਸੱਚੀ ਸ਼ਹੀਦ ਹੈ ਉਹਨਾਂ ਨੂੰ ਤੁਸੀਂ ਇਹੋ ਜਿਹੇ ਫਰਜ਼ੀ ਸ਼ਹੀਦਾਂ ਦੇ ਨਾਲ ਲਿਆ ਕੇ ਬਿਠਾ ਦੋਗੇ ਤਾਂ ਤੁਸੀਂ ਸ਼ਹਾਦਤ ਦਾ ਮਿਆਰ ਕਿੰਨਾ ਨੀਵਾਂ ਕਰ ਰਹੇ ਹੋ ਯਾਰ। ਸ਼ਹੀਦ ਉਹ ਆ ਭਾਈ ਅਮਰਜੀਤ ਸਿੰਘ, ਜਿਹਨੇ ਉੱਤਰਾਖੰਡ ਮਾਰਿਆ ਉਹਨੂੰ ਗੁਰਦੁਆਰੇ ਦੇ ਪ੍ਰਧਾਨ ਨੂੰ, ਜੋ ਗੁਰਦੁਆਰਾ ਸਾਹਿਬ ਦੀ ਉੱਥੇ ਹਦੂਦ ਅੰਦਰ ਗਲਤ ਕੰਮ ਕਰਾਉਂਦਾ ਸੀ, ਆਰਕੈਸਟਰ ਨਚਾਉਂਦਾ ਸੀ, ਉਹਦੀ ਸ਼ਹੀਦ ਦੀ ਲਾਸ਼ ਨੀ ਲੈਣ ਗਿਆ ਕੋਈ ਉੱਥੋਂ। 15 ਦਿਨ ਬਾਅਦ ਉੱਥੋਂ ਦੇ SS ਜਦੋਂ ਉਹਦਾ ਇਨਕਾਊਂਟਰ ਹੋ ਗਿਆ ਵਿਚਾਰੇ ਦਾ, ਪਿੱਛੇ ਜਿਹੀ ਗੱਲ ਹੀ ਹੈ, 1-2 ਮਹੀਨਿਆਂ ਦੀ, ਉਹਦਾ ਇਨਕਾਊਂਟਰ ਹੋ ਗਿਆ। ਉਦੋਂ ਬਾਅਦ 'ਚ SSP ਨੇ 15 ਦਿਨ ਬਾਅਦ ਰਿਪੋਰਟ ਦਿੱਤੀ ਸੀਗੀ ਮੀਡੀਆ 'ਚ ਵੀ ਹਜੇ ਤੱਕ ਉਹਦੀ ਕੋਈ ਲਾਸ਼ ਨੀ ਲੈਣ ਆਇਆ, ਉਹਦਾ ਕੋਈ ਵਾਰਸ ਨੀ ਆਇਆ,
ਤੇ ਜੇ ਥੋੜੇ ਦਿਨ ਹੋਰ ਕੋਈ ਨਾ ਆਇਆ ਤੇ ਅਸੀਂ ਇਹ ਲਾਸ਼ ਗੁੰਮਸ਼ੁਦਾ ਸਮਝ ਕੇ ਜਾਂ ਉਹਨਾਂ 'ਚ ਜਿਹੜੇ ਲਵਾਰਸ ਹੁੰਦੇ ਆ ਉਹਨਾਂ 'ਚ ਸਾੜ ਦਿਆਂਗੇ। ਜਿਹੜੇ ਤਾਂ ਸ਼ਹੀਦ ਨੇ ਕੌਮ ਦੇ, ਉਹਨਾਂ ਦੀਆਂ ਲਾਸ਼ਾਂ ਕੂੜਿਆਂ 'ਚ ਰੁਲਦੀਆਂ ਫਿਰਦੀਆਂ, ਉੱਥੇ ਕੋਈ ਲੈਣ ਨਹੀਂ ਗਿਆ ਉਹਨਾਂ ਨੂੰ। ਤੇ ਜਿਹੜੇ ਇਹੋ ਜਿਹੇ ਨੇ ਜਿਹਨਾਂ ਨੂੰ ਕਾਂਗਰਸ ਦਾ ਝੰਡਾ ਪਾ ਕੇ ਸ਼ਮਸ਼ਾਨ ਘਾਟ ਤੱਕ ਲੈ ਕੇ ਗਏ, ਉਹਨਾਂ ਪਿੱਛੇ 2 ਸਾਲ ਹੋ ਗਏ ਆਪਾਂ ਦੇਸ਼ਾਂ ਵਿਦੇਸ਼ਾਂ 'ਚ ਰੌਲਾ ਪਾਉਂਦੇ ਫਿਰਦੇ ਹਾਂ। ਅਸੀਂ ਕੋਈ ਬਾਹਲੇ ਚੰਗੇ ਬੰਦੇ ਨਹੀਂ, ਅਸੀਂ ਮਾੜੇ ਹਾਂ ਭਾਈ, ਸਾਨੂੰ ਮਾੜੇ ਰਹਿਣ ਦਿਓ, ਨਾ ਸਾਨੂੰ ਚੰਗਾ ਮੰਨਣ ਦਾ ਸ਼ੌਂਕ ਆ, ਠੀਕ ਹੈ। ਪਰ ਤੁਹਾਨੂੰ ਇੰਨੀ ਗੱਲ ਦੱਸ ਦਈਏ, ਅਸੀਂ ਕਦੇ ਕਿਸੇ ਚੰਗੇ ਬੰਦੇ ਨੂੰ ਨਹੀਂ ਮਾਰਾਂਗੇ। ਪਿੱਛੇ ਜੇ ਹੋਰ ਵੀ ਬਹੁਤ ਰੌਲੇ ਪਏ ਆ ਜਿਹਨਾਂ ਕਰਕੇ ਸਾਨੂੰ ਐਂ ਕਿਹਾ ਗਿਆ ਵੀ ਇਹ ਐਂਟੀ ਸਿੱਖ ਨੇ ਜਾਂ ਐਂਟੀ ਪੰਜਾਬ ਨੇ ਜਾਂ ਐਂਟੀ ਖਾਲਿਸਤਾਨ ਨੇ। ਅਸੀਂ ਕਦੇ ਵੀ ਇਹ, ਅਸੀਂ ਜਿੱਥੋਂ ਉੱਥੇ ਹੀ ਰਹੇ ਹਾਂ, ਪੰਜਾਬ 'ਚ ਹੀ ਰਹੇ ਹਾਂ, ਪੰਜਾਬ ਦੇ ਉਲਟ ਚੱਲ ਕੇ ਕਿੱਥੇ ਜਾ ਵੜਾਂਗੇ ਯਾਰ, ਆਪਦੀ ਕੌਮ ਦੇ ਉਲਟ ਚੱਲ ਕੇ ਕਿੱਥੇ ਜਾ ਵੜਾਂਗੇ। ਸ਼ੁਰੂ ਤੋਂ ਆਪਦੀ ਕੌਮ ਦੀਆਂ ਹੀ ਕਿੱਸੇ ਸੁਣਦੇ ਆਏ ਹਾਂ, ਉਹਨਾਂ ਨੇ ਇੰਨੀ ਦਲੇਰੀ ਦਿੱਤੀ ਹੈ ਵੀ ਅਸੀਂ ਆਹ ਕੰਮ ਕਰੀ ਜਾਂਦੇ ਹਾਂ। ਜੇ ਆਪਦੀ ਕੌਮ ਦੇ ਆ ਮਹਾਨ ਸ਼ਹੀਦਾਂ ਦੀਆਂ, ਯੋਧਿਆਂ ਦੀਆਂ ਕਹਾਣੀਆਂ ਸੁਣੀਆਂ ਨੇ ਨਾ, ਤੇ ਤਾਂ ਹੀ ਇੰਨਾ ਬਲ ਬਖਸ਼ਿਆ ਜਾਂ ਇੰਨਾ ਮਨ 'ਚ ਜਿਗਰਾ ਆਇਆ ਵੀ ਆਪਦੇ ਭਰਾ ਦੀ ਮੌਤ ਉੱਠ ਕੇ ਬਦਲਾ ਲੈ ਸਕੀਏ, ਠੀਕ ਆ ਯਾਰ। ਲਾਈਨ ਹੀ ਅਸੀਂ ਮਾੜੇ 'ਚ ਪੈ ਗਏ ਤਾਂ ਲਾਈਨ ਹੀ ਮਾੜੀ ਆ, ਮਾੜੀਆਂ ਲਾਈਨਾਂ 'ਚ ਮਾੜੇ ਕੰਮ ਹੀ ਹੋਣੇ ਆ, ਠੀਕ ਆ। ਮੈਂ ਨਹੀਂ ਕਹਿੰਦਾ ਸਾਨੂੰ ਕੋਈ ਚੰਗਾ ਕਹੋ, ਪਰ ਅਸੀਂ ਕਦੇ ਵੀ ਕਿਸੇ ਗੁਰੂ ਦੇ ਸਿੱਖ ਨੂੰ, ਕਦੇ ਵੀ ਨਿਹੱਥੇ ਨੂੰ, ਨਿਰਦੋਸ਼ ਨੂੰ ਨਹੀਂ ਮਾਰਾਂਗੇ। ਹਾਂ, ਜਿਹੜਾ ਬੰਦਾ ਸਾਡੇ ਉਲਟ ਚੱਲੂਗਾ, ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ, ਉਹ ਕਿਸੇ ਵੀ ਸੰਸਥਾ ਦਾ ਕੁਛ ਵੀ ਹੋਵੇ, ਕਿਸੇ ਚਾਹੇ ਉਹ ਕਾਸੇ ਦਾ ਵੀ ਪ੍ਰਧਾਨ ਹੋਵੇ, ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਠੀਕ ਹੈ, ਕਿਸੇ ਵੀ ਮੂਵਮੈਂਟ ਨਾਲ ਸੰਬੰਧਿਤ ਹੋਵੇ, ਉਹਨੂੰ ਅਸੀਂ ਮਾਰਾਂਗੇ, ਤੇ ਮਾਰਿਆ ਵੀ ਆ। ਪਰ ਕਦੇ ਵੀ ਇਸ ਗੱਲ ਕਰਕੇ ਵੀ ਹਾਂ ਉਹਨਾਂ ਦੀ ਖਾਲਿਸਤਾਨ ਦੀ ਮੰਗ ਆ ਜਾਂ ਕੱਟੜ ਸਿੱਖ ਨੇ, ਕਦੇ ਵੀ ਨਹੀਂ, ਠੀਕ ਹੈ। ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਮਹਾਰਾਜ ਸਾਡੇ ਆਪ ਹੀ ਸਾਹ ਕੱਢ ਲਵੇ ਵੀ ਅਸੀਂ ਕਦੇ ਆਪਦੀਆਂ ਕੌਮ ਦੀਆਂ ਲੱਤਾਂ ਵੱਢੀਏ। ਪਰ ਜੇ ਕੋਈ ਬੰਦਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ, ਉਹ ਕੋਈ ਹੋਵੇ, ਕਿਸੇ ਅਹੁਦੇ ਤੇ ਬੈਠਾ ਹੋਵੇ, ਉਹਨਾਂ ਨੂੰ ਅਸੀਂ ਮਾਰਾਂਗੇ, ਜ਼ਰੂਰ ਮਾਰਾਂਗੇ, ਠੀਕ ਹੈ। ਇੰਨੀ ਗੱਲ ਮੈਂ ਕਹਿਣੀ ਸੀ, ਬਾਕੀ ਇੱਕ ਵਾਰੀ ਸੋਚ ਸਮਝ ਲਓ ਆਪ ਹੀ, ਬਿਨਾਂ ਗੱਲੋਂ ਕਿੱਦਣਾ ਦਾ ਗੂੰਹ ਪਹਾੜੀ ਨਾ ਚੜਾਇਆ ਕਰੋ। ਉਹ ਮੁੰਡਾ ਅੰਮ੍ਰਿਤਸਰ ਵਾਲਾ ਜਿਹਨੇ ਸੂਰੀ ਮਾਰਿਆ, ਉਹ ਵੀ ਇਲੈਕਸ਼ਨਾਂ 'ਚ ਹੁਣ ਖੜਾ ਹੋਇਆ ਹੋਇਆ ਸੀਗਾ, ਉਹਦੇ ਪਿੱਛੇ ਕਿੰਨਾ ਕੁ ਰੌਲਾ ਪਾਇਆ ਵਿਚਾਰੇ ਦੇ ਪਿੱਛੇ ਯਾਰ ਕਿਸੇ ਨੇ, ਹੈ। ਸਨੀ ਮੁੰਡਾ ਜਿਹਨੇ ਉਹ ਸੁਧੀਰ ਸੂਰੀ ਮਾਰਿਆ, ਉਹ ਸ਼ਹੀਦ ਨੇ ਬਈ, ਜਿੰਦਾ ਸ਼ਹੀਦ ਨੇ, ਜਿਹਨਾਂ ਨੇ ਆਪਦੀ ਯਾਰ ਉਮਰ ਲਾਤੀ, ਉਹਦਾ ਵਧੀਆ ਚੱਲਦਾ ਕਾਰੋਬਾਰ ਸੀ ਵਿਚਾਰੇ ਦਾ, ਮਾਰ ਕੇ ਜੇਲ੍ਹ 'ਚ ਬੈਠਾ, ਕਿੰਨੇ ਕੁ ਉਹਦੀ ਜ਼ਿਕਰਾ ਕੀਤਾ ਬਈ ਕਿਸੇ ਨੇ। ਅਮਰਜੀਤ ਸਿੰਘ ਦੀ ਭਾਈ ਜੀ ਨੇ ਉੱਤਰਾਖੰਡ, ਭਾਈ ਅਮਰਜੀਤ ਸਿੰਘ ਜੀ ਨੇ ਉੱਤਰਾਖੰਡ ਏਡਾ ਕੰਮ ਕੀਤਾ, ਕੌਮ ਦੀ ਲੱਥੀ ਪੱਗ ਸਿਰ ਤੇ ਰੱਖੀ ਆ ਦੁਬਾਰੇ, ਉਹਦਾ ਉਹਨੂੰ ਕਿੰਨਾ ਕੁ ਯਾਦ ਕਰ ਲਿਆ ਤੁਸੀਂ। ਮੂਸੇ ਵਾਲਾ ਲਾਈ ਆ ਇਹਨੇ, ਆਉਣ ਵਾਲੇ ਸਮੇਂ 'ਚ ਬਿਆਨਤਾ ਬੁੱਚੜ ਬੰਨਾ ਸੀ, ਜਿੱਡਾ ਇਹ ਹੰਕਾਰਿਆ ਸੀ ਤੇ ਨਾਮ ਦੇ ਨਸ਼ੇ 'ਚ, ਪੈਸੇ ਦੇ ਨਸ਼ੇ 'ਚ ਜਿੰਨਾ ਇਹਨੇ ਰੱਬ ਨੂੰ ਭੁੱਲਿਆ ਸੀ, ਇਹ ਤੋਂ ਵੱਧ ਨੁਕਸਾਨ ਹੀ ਕਿਸੇ ਨੇ ਨਹੀਂ ਕਰਨਾ ਸੀ ਕੌਮ ਦਾ। ਬਾਕੀ ਮਹਾਰਾਜ ਜੀ ਜਾਨੀ ਜਾਨ ਨੇ, ਸਮਾਂ ਬਹੁਤ ਬਲਵਾਨ ਹੈ, ਕੁਛ ਗੱਲਾਂ ਸਮੇਂ ਦੇ ਨਾਲ ਮੂਹਰੇ ਆ ਵੀ ਗਈਆਂ ਨੇ, ਜਿਹੜੀਆਂ ਰਹਿ ਗਈਆਂ ਉਹ ਆ ਵੀ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਹੋਰ ਗੱਲ ਐਡ ਕਰ ਦਵਾਂ ਕਿ ਹਰ ਕਿਸੇ ਬੰਦੇ ਨੇ ਵੈਸੇ ਤਾਂ ਆਪਦੇ ਦਿਮਾਗ ਦੇ ਹਿਸਾਬ ਨਾਲ ਸੋਚਣਾ ਹੁੰਦਾ, ਉਹਨੇ ਹਰੇਕ ਨੇ ਆਪਦੇ ਐਂਗਲ ਨਾਲ ਦੇਖਣਾ। ਚਲੋ ਹਰੇਕ ਦਾ ਐਂਗਲ ਆ, ਕਿਸੇ ਦਾ ਦੇਖਣ ਨੂੰ 6 ਲੱਗਦਾ, ਕਿਸੇ ਨੂੰ 9 ਲੱਗਦਾ, ਦੋਵੇਂ ਆਪਦੀ ਥਾਂ ਸਹੀ ਹੁੰਦੇ ਆ। ਪਰ ਸਿੱਧੂ ਦਾ ਮਰਨ ਦਾ ਕਾਰਨ ਕੋਈ ਪੋਲੀਟੀਕਲ ਨਹੀਂ ਸੀ। ਆਹ ਚਲੋ ਜੋ ਆਪਾਂ ਗੱਲਾਂ ਕੀਤੀਆਂ, ਇਹ ਅੱਜ ਦੇ ਸਮੇਂ 'ਚ ਜੋ ਗੱਲਾਂ ਹੋ ਰਹੀਆਂ, ਜੋ ਇਲੈਕਸ਼ਨਾਂ ਦੇ ਸਮੇਂ ਦੇ ਦੌਰਾਨ
ਜੋ ਮਾਹੌਲ ਸੀ ਮੈਂ ਉਸ ਹਿਸਾਬ ਨਾਲ ਹੀ ਗੱਲਾਂ ਕਰਨੀਆਂ ਚਾਹੁੰਦਾ ਸੀ। ਪਰ ਸਿੱਧੂ ਦੇ ਮਰਨ ਦਾ ਰੀਜ਼ਨ ਕੋਈ ਪੋਲੀਟੀਕਲ ਰੀਜ਼ਨ ਨਹੀਂ ਸੀਗਾ, ਠੀਕ ਹੈ। ਏਡੀ ਕੋਈ ਇਹ ਤੋਫ ਨਹੀਂ ਸੀਗੀ ਵੀ ਸੈਂਟਰ ਗੌਰਮੈਂਟ ਨੂੰ ਇਹਦੀ ਫਿਕਰ ਪੈ ਗਈ ਸੀਗੀ ਵੀ ਸਿੱਧੂ ਬਹੁਤ ਜਾਗਰੂਕ ਸੋਚ ਵਾਲਾ ਆ ਗਿਆ ਜਾਂ ਏਦਾਂ ਜੋਦਾ। ਇਹੋ ਜਿਹੇ ਲੋਕ ਤਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਪਾਵਰ ਲਈ ਜਾਂ ਪੈਸੇ ਲਈ ਜਿੱਧਰ ਨੂੰ ਮਰਜ਼ੀ ਤੁਰ ਪੈਣ, ਉਹਨਾਂ ਨੂੰ ਏਡਾ ਕੋਈ ਫਰਕ ਨਹੀਂ। ਜਿਹੜਾ ਗਾਂਧੀ ਨਾਲ ਤੁਰ ਸਕਦਾ ਨਾ, ਉਹਨੂੰ ਬੀਜੇਪੀ ਨਾਲ ਤੁਰਨ ਨੂੰ ਏਡਾ ਕੋਈ ਚੱਕਰ ਹੈ ਨੀਗਾ। ਤੁਰ ਉਹਦੇ ਨਾਲ ਵੀ ਤੁਰ ਹੀ ਸਕਦਾ ਉਹ, ਠੀਕ ਹੈ ਨਾ। ਉਹ ਬੀਜੇਪੀ ਨੇ ਤਾਂ ਕਾਂਗਰਸ ਦੇ ਮੁਕਾਬਲੇ ਆਪਣਾ ਕੁਛ ਵੀ ਨੁਕਸਾਨ ਨਹੀਂ ਕੀਤਾ, ਕਾਂਗਰਸ ਨੇ ਨੁਕਸਾਨ ਕੀਤਾ ਜੋ ਵੀ ਪੰਜਾਬ ਦਾ, ਹਮੇਸ਼ਾ ਜੋ ਵੀ ਕੀਤਾ। ਜੇ ਉਹਦੇ ਨਾਲ ਤੁਰ ਸਕਦਾ ਫਿਰ ਇਹਨੂੰ ਹੋਰ ਕਿਸੇ ਪਾਰਟੀ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਨਾ, ਠੀਕ ਹੈ। ਇਹਦਾ ਕਾਰਨ ਪਰਸਨਲ ਸੀਗਾ। ਜੇ ਕੋਈ ਕਹੂਗਾ, ਕੋਈ ਸੋਚਦਾ ਹੋਊਗਾ ਵੀ ਗੋਲਡੀ ਦਾ ਉਹਦੇ ਨਾਲ ਕੀ ਲੱਲਾ ਕੱਖਾ ਸੀ, ਉਹਦਾ ਉਹ ਕਿੱਡਾ ਸਰਕਲ ਸੀ, ਜਾਂ ਗੋਲਡੀ ਕੀ ਜਾਣਦਾ ਸੀ ਉਹਦੇ ਸਰਕਲ ਬਾਰੇ, ਸਿੱਧੂ ਮੂਸੇਵਾਲਾ ਵੀ ਉਹਨਾਂ ਬੰਦਿਆਂ ਚ ਉੱਠਦਾ ਬਹਿੰਦਾ ਸੀ ਜਿਹੜੇ ਬੰਦਿਆਂ ਚ ਯੂਨੀਵਰਸਿਟੀ ਟਾਈਮ ਦੇ ਦੌਰਾਨ ਅਸੀਂ ਉੱਠਦੇ ਬਹਿੰਦੇ ਰਹੇ ਹਾਂ। ਮੈਂ ਤੇ ਲਾਰੈਂਸ ਬਾਈ ਅਸੀਂ ਸਟੂਡੈਂਟ ਪੋਲਿਟਿਕਸ ਚ ਐਕਟਿਵ ਰਹੇ ਹਾਂ। ਬਾਬਾ ਸੰਧੂ ਹੁੰਦਾ ਸੀਗਾ ਜਿਹਨੇ ਸਿੱਧੂ ਨੂੰ ਕਾਂਗਰਸ ਜੁਆਇਨ ਕਰਾਈ ਸੀਗੀ, ਉਹ ਸਾਨੂੰ ਵੀ ਮਿਲਦਾ ਗਿਲਦਾ ਰਿਹਾ, ਸਾਨੂੰ ਵੀ ਕਿਤੇ ਲੈ ਜਾਂਦਾ ਸੀ ਉਹ ਵੀ ਯਾਰਾਂ ਦੋਸਤਾਂ ਨੂੰ ਵੀ ਆ ਜਾਓ ਯਾਰ ਫਲਾਨੀ ਥਾਂ ਚੱਲੀਏ, ਆ ਜਾਓ ਧਿਓਂਕੀ ਥਾਂ ਚੱਲੀਏ। ਉਹਨੇ ਸਾਨੂੰ ਵੀ ਕੋਸ਼ਿਸ਼ ਕੀਤੀ ਵੀ ਹਾਂ ਇਹਨਾਂ ਨੂੰ ਵੀ ਕਾਂਗਰਸ ਇੰਨੀ ਮਤਲਬ ਵੀ ਕਰੀਏ, ਪਰ ਆਪਣਾ ਉੱਧਰ ਇੰਟਰਸਟ ਹੀ ਨਹੀਂ ਸੀ ਨਾ ਕਦੇ ਬਣਿਆ, ਆਪਾਂ ਉਹਨਾਂ ਨਾਲ ਕਦੇ ਤੋਰ ਹੀ ਨਹੀਂ ਸਕਦੇ ਸੀ। ਫਿਰ ਆਪਣਾ ਉੱਧਰ ਚੀਜ਼ ਚ ਇੰਟਰਸਟ ਨਹੀਂ ਦਿੰਦੇ, ਆਪਾਂ ਆਪਦਾ ਚਲੋ ਜੀ ਕੰਮ ਕਾਰ ਕਰਨ ਨੂੰ ਆਪਦਾ ਆਪਾਂ ਚੱਕ ਕੇ ਬਾਹਰ ਆ ਗਏ। ਪਰ ਗੱਲਾਂ ਇੱਕ ਸਰਕਲ ਸਾਡੇ ਰਲਦੇ ਸੀ, ਮੇਰੇ ਕਹਿਣ ਦਾ ਮਤਲਬ ਆ ਕਰਲਾਲ ਨੇ ਮੇਰੇ ਬ੍ਰਦਰ ਨੇ ਕੋਈ ਏਦਾਂ ਦੀ ਗੱਲ ਕਰਤੀ ਸੀ, ਕੋਈ ਏਦਾਂ ਦੀ ਕੋਈ ਗੱਲ ਕਿਸੇ ਸਰਕਲ ਚ ਬੈਠੇ ਕਰਤੀ ਸੀ ਕਿਸੇ ਆਰਟਿਸਟ ਕੋਲੇ, ਜਿਹੜੀ ਉਹ ਘੁੰਮ ਘੁਮਾ ਕੇ ਸਿੱਧੂ ਕੋਲੇ ਜਾ ਵੜੀ, ਤੇ ਸਿੱਧੂ ਨੇ ਸਾਡੇ ਐਂਟੀਆਂ ਨਾਲ ਰਲ ਕੇ ਕੋਈ ਆਪਦੀ ਤਿਕੜਮ ਲਾ ਕੇ ਇਹਨਾਂ ਨੇ ਵੀ ਆਪਦੇ ਹੰਕਾਰ ਚ ਇਹ ਚੀਜ਼ ਸੋਚੀ ਵੀ ਹਾਂ ਇਹਦਾ ਨੁਕਸਾਨ ਕਰਾ ਦਈਏ। ਕੋਈ ਹੋਰ ਵੀ ਰੀਜ਼ਨ ਸੀ ਕਿ ਕੱਲਾ ਇਹੀ ਰੀਜ਼ਨ ਨਹੀਂ ਸੀ, ਪਰ ਇਹ ਵੀ ਰੀਜ਼ਨ ਸੀਗਾ। ਇਹ ਮੈਂ ਤਾਂ ਕਹਿਣਾ ਚਾਹੁੰਦਾ ਵੀ ਬਹੁਤ ਬੰਦੇ ਕਹਿ ਦਿੰਦੇ ਆ ਵੀ ਇਹ ਉਹਦੇ ਨਾਲ ਇਹਦਾ ਕੀ ਲੈਣ ਦੇਣ ਸੀ ਜਾਂ ਕੁਛ, ਉਹੀ ਬੰਦੇ ਜਿਹਨਾਂ ਨੂੰ ਸਿੱਧੂ ਆਪਦੇ ਆਲ ਦਾ ਟਾਈਮ ਨਾਲ ਰੱਖਦਾ ਸੀ ਉਹ ਕਿਸੇ ਟਾਈਮ ਸਾਡੇ ਜਾਣ ਕਰ ਰਹੇ ਆ, ਠੀਕ ਹੈ। ਸਾਡੀਆਂ ਸੀਗੀਆਂ ਕੋਈ ਆਪਸ ਚ ਕੋਈ ਚੀਜ਼ਾਂ ਮਾੜੀਆਂ ਮੋਟੀਆਂ, ਚਾਹੁੰਦੇ ਨਾ ਚਾਹੁੰਦੇ ਇੰਟਰੈਕਟ ਡਰੈਕਟ ਰਲਦੀਆਂ, ਠੀਕ ਹੈ। ਕੋਈ ਗੱਲਾਂ ਇੱਧਰ ਤੋਂ ਉੱਧਰ ਟਰੈਵਲ ਹੋਈਆਂ ਨੇ, ਇਹ ਰੀਜ਼ਨ ਸੀਗਾ, ਹੋਰ ਕੋਈ ਰੀਜ਼ਨ ਨਹੀਂ ਸੀਗਾ। ਬਾਕੀ ਜੋ ਇਹ ਯੂਥ ਦਾ ਸਮਾਂ ਤੇ ਐਨਰਜੀ ਹੈ ਕਿਸੇ ਵਧੀਆ ਗੱਲਾਂ ਲਾਉਣੀ ਚਾਹੀਦੀ ਹੈ। ਮੈਂ ਤਾਂ ਇਹੀ ਮੈਸੇਜ ਦਿੰਦਾ, ਜੇ ਕਿਸੇ ਦੇ ਇੱਕ ਬੰਦੇ ਦੇ ਵੀ ਸਮਝ ਆ ਜੂਗੀ ਤਾਂ ਮੈਂ ਸੋਚੂਗਾ ਵੀ ਵਰਥ ਇਟ ਹੈ ਮੇਰੀ ਇਹ ਆਡੀਓ ਪਾਉਣਾ, ਠੀਕ ਹੈ। ਇਹ ਬਲਕੌਰ ਸਿੰਘ ਕਰਕੇ ਜਿਹੜੇ ਯਾਰ ਰਾਹੁਲ ਗਾਂਧੀ ਨੂੰ ਜਾ ਕੇ ਇਹ ਗੱਲ ਕਹਿ ਸਕਦੇ ਵੀ ਆਪਣੀ ਤਾਂ ਜੀ ਸੇਮ ਸਿਚੁਏਸ਼ਨ ਹੈ, ਉਸੇ ਟ੍ਰੈਜਡੀ ਚ ਤੁਸੀਂ ਲੰਘੇ ਹੋ, ਉਸੇ ਚੋਂ ਮੈਂ ਲੰਘਿਆ, ਵੀ ਤੁਸੀਂ ਵੀ ਸ਼ਹੀਦ ਪਰਿਵਾਰ ਤੋਂ ਆ, ਮੈਂ ਵੀ, ਤੁਸੀਂ ਮੇਰੀ ਗੱਲ ਸਮਝ ਸਕਦੇ ਹੋ। ਇਹਨਾਂ ਪਿੱਛੇ ਸਮਾਂ ਨਾ ਖਰਾਬ ਕਰੋ, ਠੀਕ ਹੈ। ਇਹ ਡਰਾਮੇਬਾਜ਼ ਬੰਦਾ ਜਿਹੜਾ ਬੰਦਾ ਬੁੱਢੀ ਉਮਰੇ ਆ ਕੇ ਵੀ ਜਿਹਨੇ ਦਾੜੀ ਤੇ ਚਿੱਟਾ ਵਾਲ ਵੀ ਨੀ ਆਉਣ ਦਿੱਤਾ, ਕਿੱਡੀ ਗੋਰੀ ਬੰਦੇ ਦੀ ਗੈਰਤ ਹੋਊਗੀ। ਜਵਾਨ ਪੁੱਤ ਮਰਿਆ ਹੋਵੇ ਤੇ 10 ਦਿਨਾਂ ਬਾਅਦ ਆਪਦੀ ਦਾੜੀ ਰੰਗ ਕਰ ਲੈਂਦਾ, ਠੀਕ ਹੈ। ਇਹ ਗੱਲਾਂ ਬਾਗੀਆਂ ਹੋਈਆਂ ਕਰਦਾ, ਪਰ ਗੱਲਾਂ ਹੀ ਕਰ ਸਕਦਾ, ਤੇ ਅਸੀਂ ਸੱਚੀ ਮੁੱਚੀ ਬਾਗੀ ਹੋਏ ਹਾਂ ਆਪਦੇ ਭਰਾਵਾਂ ਪਿੱਛੇ, ਤੇ ਰਹਿੰਦੀ ਉਮਰ ਤੱਕ ਜਿੰਨਾ ਚਿਕਰ ਹੈਗੇ ਆ, ਜਿੰਨਾ ਚਿਕਰ ਜਿਉਂਦੇ ਆ ਉਹਨਾਂ ਚਿਕਰ ਰਵਾਂਗੇ, ਇਹਨਾਂ ਵਾਂਗੂ ਸਾਨੂੰ ਕੋਈ ਆਪਦਾ ਪਰਿਵਾਰ ਅੱਗੇ ਵਧਾਉਣ ਦੀ ਜਾਂ ਜਵਾਕ ਜੰਮਣ ਦੀ ਜਾਂ ਕੋਠੀਆਂ ਹਵੇਲੀਆਂ ਦੀ ਚੱਸ ਨਹੀਂ ਹੈਗੀ, ਠੀਕ ਹੈ। ਜਿਹੜੀ ਗੱਲ ਕਹੀ ਆ, ਜੇ ਭਰਾਵਾਂ ਲਈ ਤੁਰੇ ਆ ਤੇ ਮਰਦੇ ਦਮ ਤੱਕ ਤੁਰਾਂਗੇ, ਠੀਕ ਹੈ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।